ਕੋਈ ਇਹੋ ਜਿਹੀ ਪ੍ਰੋਵਿੰਸ ਦੱਸੋ ਜਿੱਥੇ ਸਟੱਡੀ ਕਨਸਰਨ ਨਾਲ ਦੀ ਨਾਲ ਪਰਮਨੈਂਟ ਰੈਜ਼ੀਡੈਂਸੀ ਲਈ ਐਲੀਜੀਬਲ ਹੋ ਜਾਈਏ, ਸਾਨੂੰ ਕੋਈ ਵੀ ਵਰਕ ਐਕਸਪੀਰੀਅੰਸ ਗੇਨ ਕਰਨਾ ਨਾ ਪਵੇ। ਹਾਂਜੀ, ਤਾਂ ਗੱਲ ਕਰਾਂਗੇ ਇੱਕ ਇਹੋ ਜਿਹੀ ਪ੍ਰੋਵਿੰਸ ਦੀ ਜਿੱਥੇ ਤੁਸੀਂ 5 ਸਾਲ ਨਾਲ ਦੀ ਨਾਲ ਪਰਮਨੈਂਟ ਰੈਜ਼ੀਡੈਂਸੀ ਲਈ ਐਲੀਜੀਬਲ ਹੋ ਸਕਦੇ ਹੋ। ਤੇ ਪ੍ਰੋਵਿੰਸ ਦਾ ਨਾਮ ਹੈਗਾ ਜੀ ਪ੍ਰਿੰਸ ਐਡਵਰਡ ਆਈਲੈਂਡ, ਜਿੱਥੇ ਚੱਲਦਾ ਇੰਟਰਨੈਸ਼ਨਲ ਗ੍ਰੈਜੂਏਟ ਪ੍ਰੋਗਰਾਮ ਕਿ ਇੰਟਰਨੈਸ਼ਨਲ ਸਟੂਡੈਂਟ ਜੇ ਗ੍ਰੈਜੂਏਟ ਹੋ ਕੇ ਇਹ ਪ੍ਰੋਗਰਾਮ ਲਈ ਐਲੀਜੀਬਲ ਹੋ ਸਕਦੇ ਨੇ। ਬਟ ਸਟਿਲ ਉਹਦੀਆਂ ਕੁਛ ਰਿਕੁਆਇਰਮੈਂਟਸ ਨੇ ਜਿਹੜੀਆਂ ਤੁਹਾਨੂੰ ਮੀਟ ਕਰਨੀ ਹੁੰਦੀਆਂ ਨੇ। ਕੀ ਨੇ ਉਹਦੀਆਂ ਰਿਕੁਆਇਰਮੈਂਟਸ? ਹੁਣ ਜੇ ਤੁਸੀਂ ਪ੍ਰਿੰਸ ਐਡਵਰਡ ਆਈਲੈਂਡ ਸਟੱਡੀ ਕਰਨੀ ਆ ਤਾਂ ਰਹਿਣ ਸਹਿਣ ਬਾਰੇ ਅਤੇ ਖਰਚਿਆਂ ਬਾਰੇ ਵੀ ਪਤਾ ਕਰਨਾ ਪਊਗਾ, ਤਾਂ ਨਾਲ ਉਹ ਵੀ ਆਪਾਂ ਡਿਸਕਸ ਕਰ ਲਾਂਗੇ। ਅਤੇ ਐਂਡ 'ਚ ਆਪਾਂ ਗੱਲ ਕਰਾਂਗੇ ਕਿ ਹੁਣ ਜੇ ਸਟੱਡੀ ਕਰਨੀ ਹੈ ਤਾਂ ਕਾਲਜ ਵੀ ਜ਼ਰੂਰੀ ਆ, ਕਿਹੜੇ ਕਿਹੜੇ ਕਾਲਜਸ ਅਵੇਲੇਬਲ ਨੇ ਅਤੇ ਉਹਨਾਂ ਦੀ ਕਿੰਨੀ ਕੁ ਫੀਸ ਹੈ, ਫੀਸ ਜ਼ਿਆਦਾ ਹੈ ਜਾਂ ਘੱਟ ਹੈ, ਸਭ ਕੁਝ ਜਾਣਾਂਗੇ ਤਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਹਾਂਜੀ, ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੈਂ ਆਪਣੀ ਇੰਟਰੋਡਕਸ਼ਨ ਦੇ ਦਿਆਂ। ਮੇਰਾ ਨਾਮ ਹੈ ਪ੍ਰਵਿੰਦਰ ਸਿੰਘ ਬੈਣੀਪਾਲ, ਮੈਂ 5 ਸਾਲ ਪਹਿਲਾਂ ਕੈਨੇਡਾ ਆਇਆ ਸੀ ਐਜ਼ ਐਨ ਇੰਟਰਨੈਸ਼ਨਲ ਸਟੂਡੈਂਟ। ਜਿੰਨਾ ਵੀ ਇੱਥੇ ਆ ਕੇ ਮੈਂ ਐਕਸਪੀਰੀਅੰਸ ਗੇਨ ਕੀਤਾ ਅਬਾਊਟ ਪਰਮਾਨੈਂਟ ਰੈਜ਼ੀਡੈਂਸੀ, ਉਹ ਜਿਹੜਾ ਆਪਾਂ ਇਸ ਚੈਨਲ 'ਤੇ ਸ਼ੇਅਰ ਕਰਦੇ ਹਾਂ। ਤਾਂ ਮੈਂ ਜਿੰਨੇ ਵੀ ਸਟੂਡੈਂਟ ਕੈਨੇਡਾ ਸਟੱਡੀ ਕਰਨ ਆਉਣਾ ਚਾਹੁੰਦੇ ਆ, ਮੈਂ ਉਹਨਾਂ ਲਈ ਕੁਝ ਪਲਾਨ ਕੀਤੇ ਆ। ਉਹ ਇਹ ਪਲੈਨਿੰਗ ਹੈ ਕਿ ਆਪਾਂ ਨੈਕਸਟ 30 ਡੇਜ਼ ਦੇ ਵਿੱਚ 5 ਪ੍ਰੋਵਿੰਸਿਸ ਉਹ ਕਵਰ ਕਰਨੀਆਂ ਨੇ ਜਿੱਥੇ ਸਟੂਡੈਂਟਸ ਲਈ ਪਰਮਾਨੈਂਟ ਰੈਜ਼ੀਡੈਂਸੀ ਲੈਣੀ ਬਹੁਤ ਈਜ਼ੀ ਹੈ। ਤਾਂ ਮੈਂ ਤੁਹਾਡੇ ਤੋਂ ਪੁੱਛਦਾ ਵੀ ਆਪਾਂ ਨੈਕਸਟ ਵੀਡੀਓ, ਠੀਕ ਹੈ, ਉਹ ਪ੍ਰੋਵਿੰਸਿਸ 'ਤੇ ਕਰਨੀ ਹੈ। ਤਾਂ ਮੈਂ ਤੁਹਾਨੂੰ 3 ਆਪਸ਼ਨ ਦੇ ਰਿਹਾ ਜਿਨ੍ਹਾਂ ਦੇ ਵਿੱਚ ਹੈਗੀ ਨੋਵਾ ਸਕੋਸ਼ੀਆ, ਨਿਊ ਬ੍ਰਾਂਸਵਿਕ ਅਤੇ ਅਲਬਰਟਾ। ਤਾਂ ਤੁਸੀਂ ਕਮੈਂਟ ਕਰਕੇ ਮੈਨੂੰ ਦੱਸ ਦਿਓ ਕਿ ਨੈਕਸਟ ਵੀਡੀਓ ਕਿਹੜੇ ਪ੍ਰੋਵਿੰਸ 'ਤੇ ਤੁਸੀਂ ਚਾਹੁੰਦੇ ਹੋ। ਤਾਂ ਜਿਹੜੀ ਵੀ ਜ਼ਿਆਦਾ ਕਮੈਂਟ ਆਉਣਗੇ ਤਾਂ ਮੈਂ ਉਸੇ ਪ੍ਰੋਵਿੰਸ 'ਤੇ ਨੈਕਸਟ ਵੀਡੀਓ ਲੈ ਕੇ ਆ ਜਾਊਂਗਾ। ਤਾਂ ਜੇ ਤੁਸੀਂ ਚਾਹੁੰਣਾ ਚਾਹੁੰਦੇ ਹੋ ਸਾਰੇ ਹੀ ਪ੍ਰੋਵਿੰਸਿਸ ਬਾਰੇ, 5 ਪ੍ਰੋਵਿੰਸਿਸ ਬਾਰੇ, ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ। ਸਭ ਤੋਂ ਪਹਿਲਾਂ ਜਦੋਂ ਵੀ ਕੋਈ ਵੀ ਬੱਚਾ ਆਪਣਾ ਕਾਲਜ ਸਿਲੈਕਟ ਕਰਦਾ, ਉਹ ਇਹ ਬੜੀ ਟੈਨਸ਼ਨ ਹੁੰਦੀ ਹੈ ਵੀ ਮੈਂ ਰਹੂੰ ਕਿੱਥੇ, ਵੀ ਹੁਣ ਮੈਂ ਰਹਿਣ ਵਾਸਤੇ ਘਰ ਕਿੱਥੋਂ ਲੱਭੂੰਗਾ, ਜੇ ਮੈਂ ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ ਆਉਣਾ, ਜੇ ਮੇਰਾ ਕੋਈ ਹੈ ਨਹੀਂ ਤਾਂ ਮੈਂ ਘਰ ਕਿਵੇਂ ਲੱਭੂੰਗਾ। ਤਾਂ ਉਹਦੇ ਵਾਸਤੇ ਮੈਂ ਤੁਹਾਨੂੰ ਕੁਝ ਪੇਜਸ ਦੱਸ ਰਿਹਾ ਜਿੱਥੇ ਤੁਸੀਂ ਉਹਨਾਂ ਨੂੰ ਕੰਟੈਕਟ ਕਰਕੇ ਜਿਹੜਾ ਆਪਣੇ ਲਈ ਰਹਿਣ ਸਹਿਣ ਵਾਸਤੇ ਤੁਸੀਂ ਲੱਭ ਸਕਦੇ ਹੋ, ਜਿਨ੍ਹਾਂ ਦੇ ਵਿੱਚ ਆ ਜਾਂਦਾ PI ਅਪਡੇਟਸ ਪੇਜ, ਇਹ ਇੰਸਟਾਗ੍ਰਾਮ ਪੇਜ ਹੈ, ਜਾਂ PI ਇਨਫੋ ਪੇਜ, ਉਸ ਤੋਂ ਇਲਾਵਾ PI ਕਨਫੈਸ਼ਨ ਪੇਜ ਹੈ। ਇਹਨਾਂ ਨੂੰ ਤੁਸੀਂ ਜਿਹੜਾ ਕੰਟੈਕਟ ਕਰਕੇ ਆਪਣੀ ਸਟੋਰੀ ਪਵਾ ਸਕਦੇ ਹੋ, ਠੀਕ ਹੈ। ਅਤੇ ਮੇਰਾ ਖੁਦ ਦਾ ਵੀ ਹੈਗਾ ਪੇਜ ਇੱਕ PI ਇਮੀਗ੍ਰੇਸ਼ਨ, ਉਹਦੇ ਮੈਂ ਸਿਰਫ PI ਇਮੀਗ੍ਰੇਸ਼ਨ ਦੀਆਂ ਨਿਊਜ਼ ਪਾਉਣਾ, ਠੀਕ ਹੈ, ਤਾਂ ਉਹ ਵੀ ਤੁਸੀਂ ਫੋਲੋ ਕਰ ਸਕਦੇ ਹੋ। ਅਤੇ ਜੇ ਗੱਲ ਕਰੀਏ ਫੇਸਬੁੱਕ ਦੀ, ਫੇਸਬੁੱਕ 'ਤੇ ਹੈਗਾ ਪੰਜਾਬੀ ਇਨ PI, ਜਿੱਥੇ ਤੁਸੀਂ ਆਪਣੀ ਪੋਸਟ ਖੁਦ ਵੀ ਪਾ ਸਕਦੇ ਹੋ ਐਵੇਂ ਗਰੁੱਪ 'ਚ, ਜਾਂ ਸ਼ੇਅਰ ਕਰ ਸਕਦੇ ਹੋ ਆਪਣੀ ਪੋਸਟ, ਜਿੱਥੇ ਤੁਸੀਂ ਲੋਕਾਂ ਨੂੰ ਜਿੰਨੇ ਵੀ PI ਦੇ ਵਿੱਚ ਰਹੇ ਨੇ ਉਹਨਾਂ ਨਾਲ ਤੁਸੀਂ ਕੰਟੈਕਟ ਬਣਾ ਸਕਦੇ ਹੋ, ਅਤੇ ਆਪਣੇ ਲਈ ਉਹਨਾਂ ਤੋਂ ਰੂਮ ਪੁੱਛ ਸਕਦੇ ਹੋ ਕਿ ਮੈਂ ਇੰਨਾ ਤਰੀਕ ਨੂੰ ਆ ਰਿਹਾ, ਠੀਕ ਹੈ, ਕਿ ਜੇ ਕੋਈ ਰੂਮ ਅਵੇਲੇਬਲ ਹੈਗਾ ਮੈਨੂੰ ਤਾਂ ਦੱਸ ਦਿਓ। ਤਾਂ ਐਵੇਂ ਕਰਕੇ ਇਹਨਾਂ ਪੇਜਸ ਨੂੰ ਕੰਟੈਕਟ ਕਰਕੇ ਤੁਸੀਂ ਜਿਹੜਾ ਆਪਣੇ ਲਈ ਰਹਿਣ ਲਈ ਲੱਭ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਫੇਸਬੁੱਕ ਮਾਰਕੀਟ 'ਤੇ ਦੇਖ ਸਕਦੇ ਹੋ, ਕਜੀਜੀ 'ਤੇ ਦੇਖ ਸਕਦੇ ਹੋ, ਅਤੇ ਕੁਛ ਰੈਂਟਲ ਸਾਈਟਸ ਵੀ ਹੈਗੀਆਂ ਨੇ, ਉਹ ਵੀ ਤੁਸੀਂ ਚੈੱਕਆਊਟ ਕਰ ਸਕਦੇ ਹੋ ਜਿਹੜੀਆਂ ਕੈਨੇਡਾ 'ਚ ਪਾਪੂਲਰ ਹੈਗੀਆਂ ਨੇ। ਜਾਂ ਸਰਚ ਰੈਂਟਲ ਸਾਈਟਸ ਇਨ ਕੈਨੇਡਾ, ਤੁਹਾਡੇ ਸਾਹਮਣੇ ਬਹੁਤ ਸਾਰੀਆਂ ਸਾਈਟਸ ਖੁੱਲ੍ਹ ਜਾਣਗੀਆਂ, ਅਤੇ ਉਸ ਤੋਂ ਬਾਅਦ ਤੁਸੀਂ ਉਹਨਾਂ ਤੋਂ ਜਿਹੜਾ PI ਦੇ ਵਿੱਚ ਆਪਣੇ ਲਈ ਘਰ ਲੱਭ ਸਕਦੇ ਹੋ। ਗੱਲ ਕਰ ਲਈਏ ਆਪਾਂ ਖਰਚਿਆਂ ਦੀ, ਕਿਉਂਕਿ ਖਰਚਿਆਂ ਦੀ ਬੜੀ ਟੈਨਸ਼ਨ ਹੁੰਦੀ ਹੈ ਸਾਰੇ ਸਟੂਡੈਂਟਸ ਨੂੰ ਕਿ ਜੇ ਅਸੀਂ ਉੱਥੇ ਰਹਾਂਗੇ ਤਾਂ ਰੈਂਟ ਕਿੰਨਾ ਕਹੂਗਾ, ਸਾਡਾ ਗਰੋਸਰੀ 'ਤੇ ਖਰਚਾ ਕਿੰਨਾ ਕਹੂਗਾ। ਤਾਂ ਜੇ ਮੈਂ ਇੱਥੋਂ ਦੇ ਖਰਚੇ ਨੂੰ ਓਨਟਾਰੀਓ ਦੇ ਨਾਲ ਕੰਪੇਅਰ ਕਰਾਂ ਤਾਂ ਤੁਹਾਨੂੰ 30-40% ਇੱਥੇ ਸਸਤਾ ਮਿਲ ਸਕਦਾ ਹੈ। ਅਤੇ ਜੇ ਤੁਸੀਂ ਸ਼ਾਰਲੇਟ ਟਾਊਨ ਬਾਰੇ ਜਾਂ ਸਾਰੇ ਹੀ ਐਕਸਪੈਂਡੀਚਰਸ ਬਾਰੇ ਡਿਟੇਲਡ ਵੀਡੀਓ ਦੇਖਣੀ ਹੈ, ਠੀਕ ਹੈ, ਤਾਂ ਮੈਂ ਇੱਕ ਵੀਡੀਓ ਬਣਾਈ ਸੀ ਕ੍ਰਿਟੀਕਲ ਸਟ੍ਰੀਮ ਬਾਰੇ। ਤਾਂ ਉਹਦੇ ਵਿੱਚ ਮੈਂ ਓਵਰਆਲ ਕਵਰ ਕੀਤਾ ਸੀ ਕਿ ਜਿਹੜੇ ਮੇਨ ਸ਼ਹਿਰ ਹੈ ਨਾ ਪ੍ਰਿੰਸ ਐਡਵਰਡ ਆਈਲੈਂਡ ਦਾ, ਸ਼ਾਰਲੇਟ ਟਾਊਨ ਸ਼ਹਿਰ, ਕਿ ਉਹਦੇ ਵਿੱਚ ਕਿਹੜੀਆਂ ਕਿਹੜੀਆਂ ਫੈਸਿਲਿਟੀਜ਼ ਹੈਗੀਆਂ ਨੇ, ਕਿਹੜੀਆਂ ਕਿਹੜੀਆਂ ਨਹੀਂ, ਕੀ ਕਾਰ ਦੀ ਇੰਸ਼ੋਰੈਂਸ ਹੈ, ਤਾਂ ਉਹ ਵੀਡੀਓ ਤੁਸੀਂ ਜਾ ਕੇ ਚੈੱਕਆਊਟ ਕਰ ਸਕਦੇ ਹੋ। ਹਾਂਜੀ, ਹੁਣ ਗੱਲ ਕਰ ਲੈਂਦੇ ਹਾਂ ਇੰਟਰਨੈਸ਼ਨਲ ਗ੍ਰੈਜੂਏਟ ਪ੍ਰੋਗਰਾਮ ਦੀ, ਜਿਹਦੇ ਅੰਦਰ ਤੁਹਾਡੀ ਪਰਮਾਨੈਂਟ ਰੈਜ਼ੀਡੈਂਸੀ ਲੱਗਣੀ ਹੈ, ਜਾਂ ਕਹਿ ਦਈਏ ਤੁਸੀਂ ਪੱਕੇ ਕੈਨੇਡਾ ਲਿਖੋ ਜਾਣਾ। ਸਭ ਤੋਂ ਪਹਿਲੀ ਰਿਕੁਆਇਰਮੈਂਟ ਹੈਗੀ ਹੈ ਕਿ ਤੁਹਾਡਾ ਪਬਲਿਕ ਫੰਡਡ ਕਾਲਜ 'ਚ ਤੁਹਾਡੀ ਸਟੱਡੀ ਹੋਣੀ ਚਾਹੀਦੀ ਹੈ। ਉਹਦੀ ਆਪਾਂ ਐਂਡ 'ਤੇ ਗੱਲ ਕਰ ਲਾਂਗੇ ਕਿਹੜੇ ਕਿਹੜੇ ਪਬਲਿਕ ਫੰਡਡ ਕਾਲਜ ਹੈਗੇ ਨੇ ਜਿੱਥੇ ਤੁਸੀਂ ਜਿਹੜਾ ਆਪਣੀ ਐਡਮਿਸ਼ਨ ਲੈ ਸਕਦੇ ਹੋ ਅਤੇ ਉੱਥੇ ਸਟੱਡੀ ਕਰ ਸਕਦੇ ਹੋ, ਅਤੇ ਨਾਲ ਦੀ ਨਾਲ ਫਿਰ ਪਰਮਾਨੈਂਟ ਰੈਜ਼ੀਡੈਂਸੀ ਲਈ ਐਲੀਜੀਬਲ ਹੋ ਸਕਦੇ ਹੋ। ਅਤੇ ਦੂਜੀ ਕੰਡੀਸ਼ਨ ਹੈਗੀ ਤੁਹਾਡੀ ਏਜ ਜਿਹੜੀ 18-59 ਹੋਣੀ ਚਾਹੀਦੀ ਹੈ, ਉਹ ਤਾਂ ਡੈਫੀਨੇਟਲੀ ਹਰੇਕ ਦੀ ਹੁੰਦੀ ਹੈ ਜਿਹੜੇ ਵੀ ਕੈਨੇਡਾ ਆਉਂਦੇ ਆ। ਉਸ ਤੋਂ ਇਲਾਵਾ ਤੁਹਾਡੇ ਕੋਲ ਵੈਲਿਡ ਵਰਕ ਪਰਮਿਟ ਹੋਣਾ ਚਾਹੀਦਾ, ਮਤਲਬ ਜਦੋਂ ਤੁਹਾਡਾ ਵਰਕ ਪਰਮਿਟ 'ਤੇ ਤੁਸੀਂ ਆ ਗਏ ਉਦੋਂ ਬਾਅਦ ਹੀ ਤੁਹਾਡੀ ਪਰਮਾਨੈਂਟ ਰੈਜ਼ੀਡੈਂਸੀ ਲੱਗਣੀ ਹੈ, ਬਟ ਯੂ ਕੈਨ ਅਪਲਾਈ ਜਸਟ ਆਫਟਰ ਯੂਅਰ ਸਟੱਡੀ, ਠੀਕ ਹੈ, ਜਦੋਂ ਤੁਹਾਡਾ ਵਰਕ ਪਰਮਿਟ ਆ ਗਿਆ। ਅਤੇ ਜੇ ਗੱਲ ਕਰੀਏ ਜੋਬ ਦੀ, ਤਾਂ ਜੋਬ ਕਿਹੜੀ ਮਰਜ਼ੀ ਹੋਵੇ, ਇਹ ਨਹੀਂ ਹੈਗਾ ਵੀ ਰਿਲੇਟਡ ਟੂ ਯੂਅਰ ਸਟੱਡੀ ਤੁਹਾਨੂੰ ਜੋਬ ਲੱਭਣੀ ਪਊ, ਇਹ ਜ਼ਰੂਰੀ ਨਹੀਂ ਹੈਗਾ। ਤੁਸੀਂ ਕਿਹੜੇ ਵੀ ਟੀਅਰ ਦੀ ਕੋਈ ਵੀ ਜੋਬ ਕਰ ਸਕਦੇ ਹੋ, ਜਿਹੜਾ ਤੁਹਾਡਾ ਇੰਪਲਾਇਰ ਆ ਉਹ ਤੁਹਾਨੂੰ ਪੇਪਰਸ ਦੇ ਦੇ, ਠੀਕ ਹੈ,
उस तो बाद तुसी एलिजिबल हो जाओगे फॉर द परमानेंट रेजिडेंस। जे गल करिए इंग्लिश रिक्वायरमेंट दी तां इंग्लिश च तुहानू जिहड़ा कोई बैंड स्कोर की जरूरत नहीं, जस्ट जिहड़ा तुहाडा इंपलॉयर है वह कंफर्टेबल होना चाहिए तुहाडी इंग्लिश दे नाल, ठीक है, तो कोई भी बैंड रिक्वायरमेंट नहीं हैगी। जे गल करिए फंड्स दी तां तुहानू किसी भी फंड की जरूरत नहीं पैनी क्योंकि तुसी ऑलरेडी सैटल हो पीए दे विच, तां कोई भी फंड दिखाउण की जरूरत नहीं। बट इतने एक चीज़ इंपॉर्टेंट है कि तुमने जो पी एन पी लिए अप्लाई करना है तो उत्थे अपनी इंटेंशन है जी शो करनी है कि हाँ जी असं बाद पी आई दे सैटल होना है, वो तुम्हें जस्ट एक नोट्स लिखना होंगे कि हाँ हाँ मैं आप बेनीफिट्स लगते पी आई दे रहन दे, ठीक है। जो तुम पी एन पी लिए अप्लाई करते हो तो जस्ट वो तुम वैसे भी लिख सकते हो, वह कोई जरूरी नहीं है कुछ मतलब तुम रह के ही दिखाना है। बट ये चीज़ इंपॉर्टेंट है जो थोड़ी पी एन पी आ गई जो तुम फैडरल के फाइल लाने उन्ना टाइम थोड़ा पी आई दे ही रहना पैंता है। जो थोड़ा पी आर कार्ड आ गया उस तो बाद कोई रिक्वायरमेंट नहीं कि तुम बाद पी आई दे ही सैटल होने, तुम कि भी मूव जो हो सकते हो। हाँ जी हूँ जे किसी भी कोई भी रिक्वायरमेंट के रिलेटड कोई क्वेश्चन है तो मैं अपना इंस्टाग्राम दे रहा उत्थे जाके जोड़ा तुम मैं मैसेज भी कर सकते हो, तुम नीचे कमेंट्स भी कर सकते हो जो थोड़ा कोई क्वेश्चन है तो मैं डेफिनेटली थोड़ा आंसर करूँगा। हाँ जी हूँ एंड पब्लिक फंडेड कॉलेजेस की गल कर ली कि कड़े पब्लिक फंडेड कॉलेजेस है पी आई दे, जोड़े दो ही मेन कॉलेज ने जी इतने, एक तो हैगी अपनी यू पी आई यूनीवर्सिटी ऑफ प्रिंस एडवर्ड आइलैंड, ठीक है, जिथे बहुत सारे कोर्सेस अवेलेबल है ईवन आफ्टर प्लस टू यू कैन स्टडी, ठीक है, आफ्टर ग्रैजुएशन यू कैन स्टडी, जिथे बहुत सारिया डिग्रीज भी अवेलेबल है। दूजा हैगा हॉलैंड कॉलेज जिहदा प्रिंस ऑफ वेल्स कैंपस है जोड़ा वह शार्लेट टाउन के ही है, तो यूनीवर्सिटी भी शार्लेट टाउन के सॉरी मैं उसमें मैनशन करना भुल गया। तो हॉलैंड कॉलेज का जोड़ा प्रिंस ऑफ वेल्स कैंपस है वो अपना जोड़ा शार्लेट टाउन है, तो तुम मेन सिटी भी ही रह सकते हो तो उत्थे स्टडी जी कर सकते हो। तो इन्होंने एडमिशन लैन वास्ते जी रिक्वायरमेंट हैगी है वह सिक्स ईच की हैगी है, तो सिक्स ईच बैंड स्कोर जोड़ा होना चाहिए, नहीं अदरवाइज तुम्हें एडमिशन नहीं मिलनी हैगी। तो जे तुम चाहते हो कि मैं ये डिटेल्ड वीडियो बनावा इन्हें यूनिवर्सिटी ते हॉलैंड कॉलेज ते जी नैक्सट वीडियो हो डिटेल्ड वीडियो हो मैं कमेंट्स दस दौ जे 100 कमेंट आता है ये रिलेटड कि हाँ ये वीडियो बनाओ तो मैं डेफिनेटली एक डिटेल्ड वीडियो बनाऊंगा कि कोर्सिस अवेलेबल ने किमें किमें तुम एडमिशन लै सकते हो। ईवन इन कॉलेज़ खुद जरा अपना ऑफर लैटर अप्लाई कर सकते हो, थोड़ा किसी भी एजेंट की जरूरत नहीं पैनी, वह भी मैं थोड़ा जो दस दूंगा। ईवन यू कैन टैक्सट मी ऑन इंस्टाग्राम, ठीक है, कि तुम खुद किमें एडमिशन इन्होंने लै सकते हो। जे थोड़ू अगली डिटेल्ड वीडियो चाहिए होगी इन दोनों पर तो लैट मी नो इन द कमेंट्स। एनिक सी वीडियो जो वीडियो वधिया लगी वीडियो इनफॉर्मेटिव लगी तो चैनल में जरूर सबसक्राइब कर दो। इन्ना कहना है रब।